ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਸੜਕ ਦੇ ਕਿਨਾਰੇ ਪਲਟੀ ਹੋ ਗਈ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਦੱਸਿਆ ਜਾ ਰਿਹਾ ਕਿ ਕਾਰ ਨੂੰ ਬਚਾਉਂਦੇ ਇਹ ਹਾਦਸਾ ਵਾਪਰ ਗਿਆ। ਦਰਅਸਲ ਇੱਕ ਕਾਰ ਨੂੰ ਚਲਾਉਂਦੀ ਹੋਈ ਇੱਕ ਔਰਤ ਆ ਰਹੀ ਸੀ, ਜੋ ਕਿ ਕਾਫੀ ਤੇਜ਼ ਰਫਤਾਰ 'ਤੇ ਸੀ, ਅਤੇ ਉਸ ਕਾਰ ਨੂੰ ਜਦੋਂ ਬੱਸ ਚਾਲਕ ਬਚਾਉਣ ਲੱਗਿਆ ਤਾਂ ਅਚਾਨਕ ਹੀ ਦੱਸਿਆ ਜਾ ਰਿਹਾ ਕਿ ਬੱਸ ਆਪਣਾ ਸੰਤੁਲਨ ਖੋ ਬੈਂਦੀ ਹੈ ਅਤੇ ਸੜਕ ਦੇ ਵਿਚਕਾਰ ਹੀ ਪਲਟੀ ਹੋ ਜਾਂਦੀ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਪਾਲ ਦੇ ਵਿੱਚ ਇਹ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਕਾਰ ਨੂੰ ਬਚਾਉਂਦੇ ਸੜਕ ਦੇ ਕਿਨਾਰੇ 'ਤੇ ਇੱਕ ਬੱਸ ਪਲਟੀ ਹੋ ਗਈ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਪਾਲ ਦੇ ਕਸਬਾ ਮਲੌਂਦ ਦੇ ਪਿੰਡ ਲਹਿਲ ਅਤੇ ਬੇੜ ਦੇ ਦਰਮਿਆਨ ਇੱਕ ਬੱਸ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਮਾਨ ਐਂਡ ਕੰਪਨੀ ਦੀ ਇਹ ਪ੍ਰਾਈਵੇਟ ਬੱਸ, ਜੋ ਕਿ ਰਾੜਾ ਸਾਹਿਬ ਤੋਂ ਮਲੌਂਦ ਨੂੰ ਜਾ ਰਹੀ ਸੀ, ਤਾਂ ਕੁੱਲੀ ਵਾਲੇ ਰਸਤੇ ਦੇ ਨੇੜੇ ਉਹ ਇੱਕ ਕਾਰ ਨੂੰ ਬਚਾਉਂਦੇ ਹੋਏ ਪਲਟ ਗਈ, ਜਿਸ ਨਾਲ ਸਵਾਰੀਆਂ ਦੇ ਗੰਭੀਰ ਸੱਟਾਂ ਵੱਜੀਆਂ ਨੇ। ਸਵਾਰੀਆਂ ਅਨੁਸਾਰ ਬੱਸ ਚਾਲਕ ਇੱਕ ਕਾਰ ਨੂੰ ਬਚਾਉਣ ਲੱਗਿਆ ਤਾਂ ਬੱਸ ਆਪਣਾ ਸੰਤੁਲਨ ਖੋ ਬੈਠੀ, ਜਿਸ ਦੇ ਕਾਰਨ ਸੜਕ ਦੇ ਵਿਚਕਾਰ ਹੀ ਬੱਸ ਪਲਟ ਗਈ ਹੈ। ਉਸ ਕਾਰ ਨੂੰ ਦੱਸਿਆ ਜਾ ਰਿਹਾ ਕਿ ਇੱਕ ਲੇਡੀ ਚਲਾ ਰਹੀ ਸੀ ਅਤੇ ਦੋ ਲੇਡੀਜ਼ ਉਸ ਕਾਰ ਦੇ ਵਿੱਚ ਕੁੱਲ ਸਵਾਰ ਸਨ। ਭਾਵੇਂ ਕਿ ਉਹ ਲੇਡੀਜ਼ ਆਪਣੀ ਕਾਰ ਨੂੰ ਭਜਾ ਕੇ ਲੈ ਗਈਆਂ, ਪਰ ਜਿਵੇਂ ਹੀ ਡਰਾਈਵਰ ਨੇ ਉਸ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਬੱਸ ਆਊਟ ਆਫ ਕੰਟਰੋਲ ਹੁੰਦੀ ਹੋਈ ਸੂਏ ਉੱਤੇ ਜਾ ਚੜੀ ਅਤੇ ਪਲਟ ਗਈ। ਜਾਣਕਾਰੀ ਅਨੁਸਾਰ ਬੱਸ ਦੇ ਵਿੱਚ 30 ਦੇ ਕਰੀਬ ਸਵਾਰੀਆਂ ਸਵਾਰ ਸਨ, ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਬੱਸ ਚ ਕਿਹਨੂੰ ਲੈ ਕੇ ਆ ਰਹੇ ਸੀ ਨਾਲ ਤੁਸੀਂ? ਤੇ ਕਿੱਥੇ ਹਾਦਸਾ ਹੋਇਆ, ਕੀ ਕਹਿਣਾ ਚਾਹੋਗੇ ਇਸ ਹਾਦਸੇ ਬਾਰੇ? ਕੁੜੀ ਦੀ ਗਲਤ ਸੀ ਜਿਹੜੀ ਗੱਡੀ ਚਲਾ ਰਹੀ ਸੀ। ਅੱਛਾ, ਸਾਈਡ ਤੋਂ ਆ ਰਹੀ ਸੀ ਸਾਡੇ ਪਿੰਡ ਬੰਨਿਓ, ਕੁੜੀ ਆ ਰਹੀ ਸੀ ਗੱਡੀ ਚਲਾਉਣ ਦੀ, ਉਹ ਗੱਡੀ ਨੇ ਕੱਟ ਮਾਰਿਆ, ਡਰਾਈਵਰ ਨੇ ਹਾਰਨ ਵੀ ਬਹੁਤ ਮਾਰੇ, ਕੁੜੀ ਨੇ ਗੱਡੀ ਰੋਕੀ ਹੋਈ ਨੀ ਹੈਗੀ, ਬਿਲਕੁਲ ਨੀ ਰੋਕੀ ਗੱਡੀ, ਇੱਕਦਮ ਤੇਜ਼ ਲਿਆ ਕੇ ਆ ਕੇ ਬੱਸ ਦੇ ਨਾਲ ਟੱਚ ਕਰਕੇ ਮਾੜੀ ਜਿਹੀ ਭਜਾ ਕੇ ਲੈ ਗਈ। ਸਾਰਿਆਂ ਦੀ ਜਾਨ ਬਚ ਗਈ? ਸੱਟਾਂ ਕਿੰਨੀਆਂ ਕਿਤੇ ਲੱਗੀਆਂ ਨੇ? ਔਰਤ ਨਾਲ ਸੀਗੀ, ਉਹਨੇ ਸਾਈਕਲ ਤੇ ਜੀ ਕੁਲੀ ਕਲਾਂ ਤੋਂ ਆ ਰਹੀ ਸੀ, ਉਹਨੇ ਆਉਣ ਦੀ ਸਾਰ ਸੂਏ ਦੇ ਨਾਲ ਉਧਰ ਵੇਖਿਆ ਨਾ ਉਧਰ ਵੇਖਿਆ, ਬੱਸ ਨੇ ਹਾਰਨ ਵੀ ਬਹੁਤ ਮਾਰੇ ਨੇ, ਲੇਕਿਨ ਉਹਨੇ ਗੱਡੀ ਨੇ ਰੋਕੀ ਸਿੱਧੀ, ਬੱਸ ਗੱਡੀ ਤਾਹਾਂ ਚਾੜਦੀ ਰੋਡ ਤੇ, ਬੱਸ ਵਾਲੇ ਨੇ ਬਚਾਉਣ ਦੇ ਚੱਕਰ 'ਚ ਗੱਡੀ ਸੂਏ ਦੇ ਚੜ ਕੇ ਸੂਏ ਦੇ ਚੜ ਗਈ, ਚੜਨ ਵਾਲਾ ਪਲਟ ਗਈ, ਸੱਟਾਂ ਪੌਲ ਸਵਾਰੀਆਂ ਦੇ ਲੱਗੀਆਂ। ਉਦੋਂ ਮਗਰੋਂ ਕਾਰ ਵਾਲੀ ਜਨਾਨੀ ਕਾਰ ਨੂੰ ਭਜਾ ਕੇ ਲੈ ਗਈ, ਐਚ ਪੀ ਨੰਬਰ ਦੀ ਗੱਡੀ ਆ ਜੀ, ਹਿਮਾਚਲ ਦੇ ਨੰਬਰ ਦੀ।